ਸਿਕਸਥ ਕੁਐਸਚਨ ਹੈਗਾ ਯਾ ਕਹਿੰਦੇ ਕਿ ਅ 1.5 ਮੀਟਰ ਤਾਲ ਬੁਆਏ 1.5 ਮੀਟਰ ਦੀ ਹਾਈਟ ਆ ਵਾਇ ਦੀ ਠੀਕ ਹੈ ਸੋ ਆਪਾਂ ਨਾਲ ਦੇ ਨਾਲ ਨਾ ਡਰਾ ਕਰਦੇ ਆ 1.5 ਮੀਟਰ ਤਾਲ ਬੁਆਏ ਆ ਕਹਿੰਦੇ ਇਸ ਸਟੈਂਡਿੰਗ ਐਟ ਸਮ ਡਿਸਟੈਂਸ ਉਹ 1.5 ਮੀਟਰ ਤਾਲ ਜਿਹੜਾ ਹੈਗਾ ਯਾ ਬੁਆਏ ਹੈਗਾ ਉਹ ਕਿੱਥੇ ਖੜਾ ਆ ਐਟ ਸਮ ਡਿਸਟੈਂਸ ਕੁਝ ਦੂਰੀ ਤੇ ਖੜਾ ਵਾ ਕਿਦੇ ਤੋਂ ਫਰੋਮ ਅ 30 ਮੀਟਰ ਤਾਲ ਬਿਲਡਿੰਗ ਤੇ ਉਹਦੇ ਨਾਲ ਸਾਹਮਣੇ ਇੱਕ 30 ਮੀਟਰ ਦੀ ਟਾਲ ਬਿਲਡਿੰਗ ਆ ਠੀਕ ਹੈ ਉਸ ਦੀ ਹਾਈਟ 30 ਮੀਟਰ ਦੱਸੀ ਹੋਈ ਆ ਬਿਲਡਿੰਗ ਦੀ ਕਹਿੰਦੇ ਕਿ ਦਾ ਐਂਗਲ ਆਫ ਐਲੀਵੇਸ਼ਨ ਫਰਮ ਹਿਸ ਆਈਜ਼ ਉਹਦੀਆਂ ਤੱਕਾਂ ਇੱਥੇ ਹੋਣਗੀਆਂ ਨਾ ਪੈਰ ਤੇ ਉਹਦੇ ਨੀਚੇ ਹੋਣਗੇ ਤੇ ਅੱਖਾਂ ਤੋਂ ਐਲੀਵੇਸ਼ਨ ਦੇ ਐਂਗਲ ਜਿਹੜੇ ਉਹ ਬਣਨੇ ਆ ਠੀਕ ਹੈ ਟੂ ਦਾ ਟਾਪ ਆਫ ਬਿਲਡਿੰਗ ਬਿਲਡਿੰਗ ਦੇ ਉੱਤੇ ਬੰਦੇ ਪਏ ਬਿਲਡਿੰਗ ਦੀ ਟਾਪ ਤੇ ਐਂਡ ਇਨਕਰੀਸ ਫਰੋਮ 30 ਡਿਗਰੀ ਟੂ 60 ਡਿਗਰੀ ਐਜ਼ ਹੀ ਵਾਕ ਟੂਵਰਡ ਦਾ ਬਿਲਡਿੰਗ ਕਹਿੰਦੇ ਕਿ ਜਦੋਂ ਉਹ ਬਿਲਡਿੰਗ ਦੇ ਅੱਗੇ ਅੱਗੇ ਤੁਰਿਆ ਗਿਆ ਹੈ ਨਾ ਇਦਾਂ ਦਾ ਤੁਰਦਾ ਗਿਆ ਤੁਰਦਾ ਗਿਆ ਤੇ ਪਹਿਲਾਂ ਉਹਦਾ ਜਿਹੜਾ ਐਂਗਲ ਸੀਗਾ ਉਹ ਤੇ 30 ਡਿਗਰੀ ਸੀ ਨਾ ਪਹਿਲਾਂ ਉਹਦਾ ਐਂਗਲ ਸੀਗਾ 30 ਡਿਗਰੀ ਫਿਰ ਜਦੋਂ ਥੋੜਾ ਜਿਹਾ ਅੱਗੇ ਗਿਆ ਤੇ ਫਿਰ 60 ਡਿਗਰੀ ਬਣ ਗਿਆ ਹੈ ਨਾ ਇਥੇ 60 ਡਿਗਰੀ ਜਾ ਕੇ ਬਣ ਗਿਆ ਦੇਖੋ ਬੱਚੇ ਆਪਾਂ ਅੱਖਾਂ ਤੋਂ ਹੀ ਐਂਗਲ ਬਣਾਉਣੇ ਆ ਇਟ ਮੀਨਸ ਐਂਗਲ ਉਪਰੋਂ ਬਣਨੇ ਆ نیچےੋਂ ਸੀਸ ਕਰਕੇ ਨਹੀਂ ਐਂਗਲ ਇਹ ਫੁੱਟ ਤੋਂ ਨਹੀਂ ਬੰਦੇ ਪਏ ਅੱਖਾਂ ਤੋਂ ਬੰਦੇ ਪਏ ਤੇ ਅੱਖਾਂ ਤੇ ਇੱਥੇ ਹੀ ਹੋਣੀਆਂ ਨੇ ਆਈਸ ਠੀਕ ਹੈ ਸੋ ਇਸ ਤਰੀਕੇ ਦੀ ਜਿਹੜੀ ਤੁਹਾਡੀ ਡਾਇਗਰਾਮ ਬਣਨੀ ਆ ਠੀਕ ਹੈ ਮੈਂ ਦੁਬਾਰਾ ਵੱਡੀ ਡਾਇਗਰਾਮ ਬਣਾ ਦਿੰਨੀ ਆ ਤਾਂ ਉਹਨੂੰ ਜਸਟ ਸਮਝਾਉਣ ਵਾਸਤੇ ਮੈਂ ਬਣਾਈ ਸੀਗੀ ਫਾਇਨਕੀ ਕਰਨਾ ਵਾ ਡਿਸਟੈਂਸ ਵਾਕ ਟੂਵਰਡ ਦਾ ਬਿਲਡਿੰਗ ਡਿਸਟੈਂਸ ਫਾਈਂਡ ਕਰਨਾ ਕਿ ਉਹ ਜਦੋਂ ਅੱਗੇ ਗਿਆ ਤੇ ਕਿੰਨਾ ਡਿਸਟੈਂਸ ਸੀਗਾ ਜਿਹੜਾ ਕਵਰ ਹੋਇਆ ਆ ਠੀਕ ਹੈ ਸੋ ਆਪਾਂ ਇਹਨੂੰ ਵੱਡੀ ਡਾਇਗਰਾਮ ਬਣਾ ਕੇ ਤੇ ਫਿਰ ਆਪਾਂ ਨੂੰ ਸਟਾਰਟ ਕਰਦੇ ਆ ਸਾਮਨੂੰ ਸੋ ਇਹ ਸਾਡੀ ਡਾਇਗਰਾਮ ਹੈਗੀ ਆ ਦੇਖੋ ਬੱਚੇ ਹੁਣ ਆਪਾਂ ਜਿਹੜੇ ਪੁਆਇੰਟਸ ਦੇ ਨਾਮ ਰੱਖਣੇ ਆ ਨਾ ਆਪਾਂ ਮੰਨ ਲਓ ਆਪਾਂ ਰੱਖ ਲਿਆ ਦਾ ਨਾਮ ਏ ਰੱਖ ਲਿਆ ਇਹਦਾ ਬੀ ਰੱਖ ਲਿਆ ਜਿੰਨੇ ਵੀ ਪੁਆਇੰਟਸ ਆਣ ਲੱਭਦੇ ਸਾਰਿਆਂ ਦੇ ਨਾਮ ਤੁਸੀਂ ਰੱਖਣੇ ਹੀ ਰੱਖਣੇ ਈ ਤੇ ਐ ਐਫ ਹੋ ਗਿਆ ਠੀਕ ਹੈ ਸੋ ਦੇਖੋ ਸਾਡੇ ਕੋਲ ਜਿਹੜੇ ਟ੍ਰਾਇੰਗਲ ਆ ਏ ਬੀ ਐਫ ਬਣ ਰਿਹਾ ਆ ਔਰ ਏ ਬੀ ਈ ਬਣ ਰਿਹਾ ਠੀਕ ਹੈ ਆਪਾਂ ਏ ਐਫ ਈ ਨਹੀਂ ਕਦੇ ਵੀ ਲੈਣਾ ਆਪਾਂ ਰਾਈਟ ਹੀ ਲੈਣਾ ਰਾਈਟ ਕਿਹੜੇ ਕਾਦੇ ਉੱਤੇ ਬਣਦੇ ਆ ਬੀ ਦੇ ਉੱਤੇ ਹੀ ਰਾਈਟ ਬਣਦੇ ਪਏ ਆ ਦੋਵੇਂ ਠੀਕ ਹੈ ਸੋ ਜੇਕਰ ਆਪਾਂ ਗੱਲ ਕਰੀਏ ਕਿ ਏ ਬੀ ਐਫ ਦੀ ਇਨ ਟ੍ਰਾਇੰਗਲ ਏ ਬੀ ਐਫ ਠੀਕ ਹੈ ਇਹਦੇ ਵਿੱਚ ਕੀ ਕਰਨਾ ਹੈ ਕਿ ਏ ਬੀ ਉੱਪਰ ਅਸੀਂ ਜਿਹੜੀ ਗਿਵਨ ਆ ਸਾਨੂੰ ਉਹ ਲਿਖਣੀ ਆ ਤੇ ਜਿਹੜੀ ਅਸੀਂ ਫਾਈਂਡ ਕਰਨੀ ਆ ਫਾਈਂਡ ਕਰਨੀ ਸੀ ਨਾ fv ਤੇ ef ਡਿਸਟੈਂਸ ਫਾਈਂਡ ਕਰਨ ਨੂੰ ਕਿਹਾ ਸੀਗਾ ਕਿ ਜਦੋਂ ਆਦਮੀ ਇੱਥੋਂ ਲੈ ਕੇ ਉਸ ਤੱਕ ਜਾਂਦਾ ਆ ਬਿਲਡਿੰਗ ਵੱਲੋਂ ਤੇ ਡਿਸਟੈਂਸ ਕਿੰਨਾ ਕਵਰ ਕਰਦਾ ਆ ਆਪਾਂ ਨਾ ef ਨੂੰ ਲੈਟ ਕਰ ਲੈਨੇ x ਤੇ اف ਬੀ ਨੂੰ ਲੈਟ ਕਰ ਲੈਨੇ ਆ ਵਾਈ ਠੀਕ ਹੈ ਸੋ ਇਹ ਡਿਸਟੈਂਸ ਲੈ ਲੈਨੇ ਆ ਸੋ ਇਨ ट्रायंगल ए बी एफ ਇੱਕ ਤਾਂ ਸਾਨੂੰ ए बी ਵੀ ਚਾਹੀਦੀ ਆ ਕਿਉਂਕਿ ਜੇ ਅਸੀਂ ਦੇਖੇ ਤੇ 30 ਮੀਟਰ ਤੇ ਪੂਰੀ ਬਿਲਡਿੰਗ ਦੀ ਹਾਈਟ ਆ ਨਾ ਬਟ ਅਸੀਂ ਤਾਂ ਗੱਲ ਸਿਰਫ ए बी ਐਂਗਲ ਤੱਕ ਦੀ ਕਰਨੀ ਆ ਨਾ ਅੱਗੇ ਤੇ ਸੀ ਜਾਣਾ ਨਹੀਂ ਆ ਸੋ ਆਪਾਂ ਨੂੰ ਸਿਰਫ ए बी ਚਾਹੀਦੀ ਸੇ ਪੂਰੀ 30 ਡਿਗਰੀ ਦੇ ਵਿੱਚੋਂ ਜੇਕਰ ਅਸੀਂ BC ਵਾਲੀ ਬਿਲਡਿੰਗ ਕਟਾ ਦਈਏ BC ਜਿਹੜੀ ਸੀਗੀ ਉਹ 1.5 ਮੀਟਰ ਸੀ ਨਾ ਐਵਲ ਆ ਕਿਉਂਕਿ ਜੇ ਇਹ 1.5 ਆ ਤੇ ਇਹਦੇ ਓਪੋਜ਼ਿਟ ਵਾਲਾ ਵੀ ਹਿੱਸਾ ਜਿਹੜਾ 1.5 ਮੀਟਰ ਹੋਏਗਾ ਇਟ ਮੀਨਸ 30 ਦੇ ਵਿੱਚ 1.5 ਸੀ ਕਟਾ ਦਿੰਨੇ ਆ ਠੀਕ ਹੈ ਸੋ ਸਭ ਤੋਂ ਪਹਿਲਾਂ ਅਸੀਂ ਕੀ ਕਰਾਂਗੇ ਟੂ ਗੈਟ ਹਾਈਟ ਆਫ AB ਅਸੀਂ ਪੂਰੀ 30 ਮੀਟਰ ਦੇ ਵਿੱਚੋਂ BC ਵਾਲੀ 1.5 ਮੀਟਰ ਜਿਹੜੀ ਹਾਈਟ ਹੈ ਉਹ ਅਸੀਂ ਘਟਾ ਦਾਂਗੇ ਕਟਾਉਣ ਤੋਂ ਬਾਅਦ ਸਾਡੇ ਕੋਲ 28.5 ਮੀਟਰ ਜਿਹੜੀ ਹਾਈਟ ਆ AB ਦੀ ਉਹ ਆ ਜਾਏਗੀ ਠੀਕ ਹੈ ਸੋ ਇਹਨੂੰ ਅਸੀਂ ਹੁਣ ਅਪਲਾਈ ਕਰਦੇ ਆਂ ਆਪਾਂ ਹੁਣ ABF ਦੇ ਵਿੱਚ ਕੀ ਲੈਣਾ ਉੱਪਰ ਵਾਲਾ AB ਲੈਣਾ ਔਰ نیچے ਅਸੀਂ ਕੀ ਲੈਣਾ ਆ BF ਹੈ ਨਾ ਇਹ ਵਾਲਾ BF ਕਿਉਂਕਿ ਸਿਰਫ ABF ਦੀ ਟ੍ਰਾਇੰਗਲ ਦੀ ਗੱਲ ਹੋਣ ਈ ਆ ਤੇ ਇਹ ਹੈਗਾ ਪਰਪੈਂਡੀਕੂਲਰ ਤੇ ਇਹ ਹੈਗਾ ਬੇਸ ਤੇ P ਓਵਰ B ਕਿਹਦੇ ਕੋਲ ਹੁੰਦਾ ਵਾ ਟੈਨ ਔਰ ਗੱਲ 60 ਡਿਗਰੀ ਦੀ ਹੋ ਰਹੀ ਆ ਠੀਕ ਹੈ ਸੋ AB ਦੀ ਵੈਲਿਊ ਅਸੀਂ ਫਾਈਂਡ ਕਰ ਚੁੱਕੇ ਆ 28.5 ਐਂਡ BF ਅਸੀਂ ਲੈਟ ਕੀਤਾ ਆ Y ਠੀਕ ਹੈ ਐਂਡ ਟੈਨ 60 ਦੀ ਵੈਲਿਊ ਜਿਹੜੀ ਆ ਉਹ ਹੁੰਦੀ ਆ √3 ਠੀਕ ਹੈ ਸੋ ਇਤੋਂ ਅਸੀਂ ਵਾਈ ਦੀ ਵੈਲਿਊ ਗੈਟ ਕਰ ਲੈਨੇ ਆ ਐ ਜਿਹੜਾ ਅੰਡਰ 3 ਇੱਧਰ ਜਾ ਕੇ ਡਿਵਾਈਡ ਹੋ ਜਾਏਗਾ ਵਾਈ ਉੱਤੇ ਚੱਲ ਜਾਏਗਾ ਜਾਇਨਾ ਨੂੰ ਤੁਸੀਂ ਇਹਦੇ ਨੀਚੇ 1 ਪਾ ਕੇ ਕ੍ਰੋਸ ਮਲਟੀਪਲਾਈ ਵੀ ਕਰ ਸਕਦੇ ਹੋ 28.5 ਨੂੰ 1 ਨਾਲ ਮਲਟੀਪਲਾਈ ਕੀਤਾ ਤੇ 28.5 ਹੀ ਆ ਜਨਾ ਵਾਈ ਅੰਡਰ 3 ਨਾਲ ਕੀਤਾ ਤੇ ਵਾਈ ਅੰਡਰ 3 ਹੁਣ ਜਿਹੜਾ ਵਾਈ ਦੇ ਨਾਲ ਅੰਡਰ 3 ਲੱਗਾਇਆ ਉਹ ਇੱਧਰ ਜਾ ਕੇ ਕੀ ਹੋ ਜਾਏਗਾ ਡਿਵਾਈਡ ਇਹਦਾ ਨਾ ਹੁਣ ਆਪਾਂ ਅੰਡਰ 3 ਦਾ ਕੀ ਕਰ ਲੈਣਾ ਰੈਸ਼ਨਲਾਈਜ਼ ਕਰਨਾ ਜ਼ਰੂਰੀ ਹੁੰਦਾ ਆ ਨੀਚੇ ਵਾਲੇ ਦਾ ਠੀਕ ਹੈ ਨਹੀਂ ਤਾਂ ਆਨਸਰ ਗੈਟ ਕਰਨ ਚ ਪ੍ਰੋਬਲਮ ਹੁੰਦੀ ਆ ਸੋ 28.5 ਅੰਡਰ 3 ਜਿਹੜਾ ਅਸੀਂ ਕਿ ਕਰ ਦਿੰਨੇ ਆ ਜੀ ਰੈਸ਼ੀਨਲਾਈਜ਼ ਬਹੁਤ ਸਾਈਡ ਅੰਡਰ 3 ਦਿਲਾ ਮਲਟੀਪਲਾਈ ਕਰਕੇ ਸਾਡੇ ਕੋਲ ਉੱਪਰ ਤੇ ਆ ਜਾਏਗਾ 28.5 ਅੰਡਰ 3 ਅੰਡਰ 3 ਨਾਲ ਮਲਟੀਪਲਾਈ ਕੀਤਾ 3 ਠੀਕ ਹੈ ਸੋ ਇਹ 3 ਜਿਹੜਾ 28.5 ਦੇ ਨਾਲ ਕੱਟ ਹੋ ਰਿਹਾ ਆ ਇਹਨੂੰ ਅਸੀਂ ਕੱਟ ਕਰ ਸਕਦੇ ਆ ਜੇ ਤੁਸੀਂ ਕਰਨਾ ਚਾਹੋ ਤੇ ਰਫ ਕੰਮ ਦੇ ਵਿੱਚ ਇਹਨੂੰ ਡਿਵਾਈਡ ਕਰ ਲਓ ਪੁਆਇੰਟ ਵਿੱਚ ਆ ਗਿਆ 5 3 ਆ 15 6 ਸਾਡਾ ਆ ਗਿਆ ਜੀ 9.5 103 ਮੀਟਰ ਆ ਗਿਆ ਫਰਸਟ ਸਾਈਡ ਦਾ ਆ ਗਿਆ ਇਹ ਸਾਡੀ Y ਦੀ ਵੈਲਿਊ ਆਈ ਹੈ ਸੋ ਅੱਗੇ ਨੈਕਸਟ ਇਸੇ Y ਦੀ ਵੈਲਿਊ ਨੂੰ ਨਾ ਫਿਲ ਕਰਾਂਗੇ ਜਦੋਂ ਅਸੀਂ ਸੈਕਿੰਡ ਇਕੁਏਸ਼ਨ ਫਿਲ ਕਰਾਂਗੇ ਠੀਕ ਹੈ ਸੋ ਹੁਣ ਅਸੀਂ ਸੈਕਿੰਡ ਜਿਹੜਾ ਸਟੈਪ ਹੈਗਾ ਉਹ ਕਰਦੇ ਹਾਂ ਸੋ Y ਦੀ ਵੈਲਿਊ ਸਾਡੇ ਕੋਲ ਆ ਚੁੱਕੀ ਆ ਹੁਣ ਅਸੀਂ X ਦੀ ਵੈਲਿਊ ਫਾਈਂਡ ਕਰਨੀ ਆ ਦੇਖੋ ਬੱਚੇ ਇੱਕ ਵਾਰੀ ਆਪਾਂ ABF ਲਿਆ ਸੀਗਾ ਹੁਣ ਆਪਾਂ ABE ਪੂਰਾ ਦਾ ਪੂਰਾ ਟ੍ਰਾਇੰਗਲ ਲੈਣਾ ਆ A BE ਉਹਦੇ ਵਿੱਚ ਵੀ ਅਸੀਂ AB ਜਿਹੜੀ ਹਾਈਟ 기ਵਨ ਆ ਉਹ ਔਰ ਜਿਹੜੀ ਅਸੀਂ ਫਾਈਂਡ ਕਰਨੀ ਹੈ BE ਹੈ ਨਾ ਉਹ ਲਵਾਂਗੇ ਤੇ A ਦੇ ਵਿੱਚ ਇਹ ਉੱਪਰ ਵਾਲਾ ਪਰਪੈਂਡੀਕਲਰ ਨੀਚੇ ਵਾਲਾ ਬੇਸ ਤੇ ਵੀ ਕੀ ਹੋ ਜਾਏਗਾ ਟੈਨ ਦੇ ਇਕੁਅਲ ਤੇ ਐਂਗਲ ਕਿਹੜਾ ਹੁਣ ਯੂਜ਼ ਹੋਏਗਾ 30 ਡਿਗਰੀ ਸੋ AB ਦੀ ਵੈਲਿਊ ਅਸੀਂ ਪਹਿਲਾਂ ਹੀ ਕੱਢ ਕੇ ਰੱਖੀ ਆ 28.5 ਔਰ BE ਦੇਖੋ ਬੱਚੇ BE ਦੀ ਜਦੋਂ ਵੈਲਿਊ ਭਰਨੀ ਆ ਤੇ ਹਾਫ ਇਸ ਐਕਸ ਹਾਫ ਇਸ ਵਾਈ ਆ ਤੇ ਜਦੋਂ ਪੂਰਾ ਤੁਹੀ BE ਦੀ ਵੈਲਿਊ ਲਿਖਣੀ ਆ ਤੇ X ਤੇ Y ਨੂੰ ਕੀ ਕਰ ਦੇਣਾ ਹੁੰਦਾ ਆ ਪਲੱਸ ਠੀਕ ਹੈ ਅਧੇ ਦੇਸ ਨੂੰ ਪਲੱਸ ਕਰਕੇ ਪੂਰਾ ਹਿੱਸਾ ਫਾਇੰਡ ਕਰ ਲਿਆ ਔਰ ਟੈਨ 30 ਦੀ ਵੈਲਿਊ ਹੁੰਦੀ 1.53 ਓਕੇ ਹੁਣ ਤੁਸੀਂ ਇਹਨਾਂ ਨੂੰ ਕ੍ਰੋਸ ਮਲਟੀਪਲਾਈ ਕਰ ਸਕਦੇ ਹੋ 28.513 ਨੇ ਕੀਤਾ 1x+y ਨੇ ਕੀਤਾ ਤੇ ਇਨ ਆ ਜਾਣਾ ਸਾਡੇ ਕੋਲ ਹੈ ਨਾ ਹੁਣ ਅਸੀਂ ਕੀ ਕਰਾਂਗੇ ਇੱਥੇ y ਦੀ ਵੈਲਿਊ ਫਿਲ ਕਰ ਸਕਦੇ ਹਾਂ ਜਿਹੜੀ ਸਾਡੇ ਕੋਲ ਉੱਪਰ 9.513 ਵੈਲਿਊ ਆਈ ਹੈ ਨਾ ਉਹ ਅਸੀਂ ਵਾਇਦੇ ਵਿੱਚ ਇੱਥੇ ਫਿਲ ਕਰ ਦਿੰਨੇ ਆ ਦੇ ਐਡਰ ਪਲੱਸ ਦੀ ਹੈ ਉਤਰ ਜਾ ਕੇ ਮਾਈਨਸ ਹੋ ਜੇਗਾ ਤੇ ਮਾਈਨਸ ਹੋ ਕੇ ਸਾਡਾ ਆਨਸਰ ਆ ਜਾਏਗਾ ਠੀਕ ਹੈ ਸੋ ਤੁਸੀਂ ਇਹਨੂੰ ਮਾਈਨਸ ਕਰ ਸਕਦੇ ਹੋ ਇਹਦੇ ਵਿੱਚ ਇਹ ਹੈ ਕਿ ਅੰਡਰ 3 ਜਿਹੜਾ ਆਉਣੀ ਤੁਸੀਂ ਨਾਲ ਲੈ ਕੇ ਜਾਣਾ ਠੀਕ ਹੈ ਉਹਨੂੰ ਤੁਸੀਂ ਕਾਮਨ ਕੱਢ ਦੇਣਾ ਬਾਅਦ ਦੇ ਵਿੱਚ ਇੱਥੇ ਵੀ ਕੱਢ ਸਕਦੇ ਹੋ ਕਾਮਨ ਕੱਢ ਦੋ ਇਹਨੂੰ ਇਹ ਨਾ ਮਾਈਨਸ ਹੋ ਸਕਦਾ ਠੀਕ ਹੈ ਸੋ ਕੈਰੀ ਲਿਆ 18 18 ਦੇ ਵਿੱਚ 9 ਗਏ 1 ਇੱਥੇ ਬਚ ਗਿਆ 9 19.0 ਤੇ ਅਸੀਂ 0.33 0 ਲੈਣ ਦੀ ਲੋੜ ਨਹੀਂ ਆ ਠੀਕ ਹੈ ਓਨਲੀ 19.3 ਜਿਹੜਾ ਉਹ ਤੁਹਾਡਾ ਆਨਸਰ ਆ ਗਿਆ ਸੋ ਇਹਨਾਂ ਮੀਟਰ ਦੇ ਵਿੱਚ ਲਿਖਣਾ ਵਾ ਅੰਡਰ ਤੇ ਲਿਖਣਾ ਡਿਸਟੈਂਸ ਕਵਰਡ ਬਾਈ ਵਾਈ ਟੁਵਰਡ ਦ ਬਿਲਡਿੰਗ ਇਜ਼ 19.3 ਮੀਟਰ ਦੈਟ ਇਸ